ਅਸੀਂ ਇਸ ਨੂੰ ਇੱਕ ਕਨਵੈਂਟ ਸਕੂਲ ਬਣਾਉਣ ਜਾ ਰਹੇ ਹਾਂ ਇਸ ਸਕੂਲ ਦੇ ਵਿੱਚ ਹਰ ਫੈਸਿਲਿਟੀ ਮਿਲੇਗੀ ਜੋ ਸ਼ਾਇਦ ਕਨਵੈਂਟ 'ਚ ਵੀ ਨਹੀਂ ਮਿਲੇਗੀ ਔਰ ਬਾਇਓਮੈਟ੍ਰਿਕ ਜਿਹੜੀ ਅਟੈਂਡੈਂਸ ਫਾਰ ਸਟੂਡੈਂਟਸ ਇਟ ਇਜ਼ ਦਾ ਬੈਸਟ ਥਿੰਗ ਫਾਰ ਆਵਰ ਸਕੂਲ ਔਰ ਬਾਕੀ ਜੋ ਚੀਜ਼ਾਂ ਨੇ ਕੈਮਰੇ ਹੈ ਐਲਈਡੀਜ਼ ਹੈ ਸਮਾਰਟ ਕਲਾਸ ਰੂਮ ਆਲ ਕਲਾਸਿਸ ਆਰ ਸਮਾਰਟਸ ਗੱਲ ਨਹੀਂ ਜੇ ਸਾਡਾ ਸਰਕਾਰ ਨਹੀਂ ਸਕੂਲ ਸਾਥ ਦੇ ਰਹੀ ਅਤੇ ਟੀਚਰਸ ਦਾ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਸਾਡਿਆਂ ਨੂੰ ਚੰਗੀ ਪੜ੍ਹਾਈ ਮਿਲੂਗੀ ਜੋ ਕਿ ਪ੍ਰਾਈਵੇਟ ਸਕੂਲਾਂ ਤੋਂ ਵੀ ਸ਼ਾਇਦ ਨਹੀਂ ਮਿਲ ਸਕਦੀ ਉਹਦੇ ਖਰਚੇ ਬਹੁਤ ਆ ਅਤੇ ਪੜ੍ਹਾਈ ਇੰਨਾ ਜ਼ਿਆਦਾ ਨਹੀਂ ਪਰ ਇੱਥੇ ਆਣ ਕੇ ਸਾਨੂੰ ਵਾਕਈ ਅੱਜ ਇੱਦਾਂ ਲੱਗਿਆ ਕਿ ਹਾਂ ਸਾਨੂੰ ਮਾਣ ਮਹਿਸੂਸ ਹੋਣ ਦਿਆ ਕਿ ਸਾਡੇ ਆਉਣ ਵਾਲੇ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਸਾਨੂੰ ਬਣਿਆ ਨਜ਼ਰ ਆ ਰਿਹਾ ਵੇ ਤਰਨ ਤਾਰਨ ਦੇ ਪਿੰਡ ਮੂਸੇ ਦਾ ਸਰਕਾਰੀ ਹਾਈ ਸਕੂਲ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਸਮਾਰਟ ਸਕੂਲ ਬਣ ਕੇ ਮਿਸਾਲ ਪੇਸ਼ ਕਰ ਰਿਹਾ ਹੈ ਜਿੱਥੇ ਸਕੂਲ ਵਿੱਚ ਆਧੁਨਿਕ ਤਕਨੀਕ ਨਾਲ ਐਲਈਡੀ ਪੈਨਲ ਤੇ ਪੜ੍ਹਾਈ ਕਰਵਾਈ ਜਾਂਦੀ ਹੈ ਉੱਥੇ ਹੀ ਸਕੂਲ ਵਿੱਚ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਕੰਪਿਊਟਰ ਲੈਬ ਸਾਇੰਸ ਲੈਬ ਅਤੇ ਲਾਇਬ੍ਰੇਰੀ ਦੇਖ ਕੇ ਵਿਦਿਆਰਥੀਆਂ ਦਾ ਮਨ ਵੀ ਪੜ੍ਹਨ ਨੂੰ ਕਰਦਾ ਹੈ ਜ਼ਿਕਰਯੋਗ ਹੈ ਕਿ ਪਿੰਡ ਮੂਸੇ ਦਾ ਇਹ ਸਰਕਾਰੀ ਸਕੂਲ ਇੱਕ ਚੰਗੇ ਸਕੂਲ ਨੂੰ ਮਾਤ ਦਿੰਦਾ ਹੈ ਉਧਰ ਸਕੂਲ ਦੀ ਹਰ ਕਲਾਸ ਵਿੱਚ ਕੈਮਰੇ ਵੀ ਲਗਾਏ ਗਏ ਹਨ ਅਤੇ ਭਵਿੱਖ ਵਿੱਚ ਬੱਚਿਆਂ ਦੀ ਬਾਇਓਮੈਟ੍ਰਿਕ ਹਾਜ਼ਰੀ ਲਈ ਵਿਸ਼ੇਸ਼ ਪ੍ਰੋਜੈਕਟ ਵੀ ਲਗਾਇਆ ਜਾ ਰਿਹਾ ਹੈ ਕਿਹੜੇ ਸਕੂਲ 'ਚ ਪੜ੍ਹਦੇ ਹੋ ਤੁਸੀਂ ਸਰ ਮੇਰਾ ਨਾਮ ਅਨਮੋਲ ਕੌਰ ਹੈ ਮੈਂ 9th ਕਲਾਸ ਦੇ ਵਿੱਚ ਪੜ੍ਹਦੀ ਹਾਂ ਸਰਕਾਰੀ ਹਾਈ ਸਕੂਲ ਮੂਸੇ ਜੋ ਕਿ ਸਰਕਾਰੀ ਸਮਾਰਟ ਸਕੂਲ ਬਣ ਚੁੱਕਾ ਹੈ ਪੰਜਾਬ ਦੇ ਸਾਰੇ ਸਕੂਲ ਹੀ ਸਰਕਾਰੀ ਸਮਾਰਟ ਸਕੂਲ ਬਣਨਗੇ ਸਾਡੇ ਸਕੂਲ ਦੇ ਵਿੱਚ ਸਾਇੰਸ ਲੱਗ ਵੀ ਹੈਗੀ ਹੈ ਕੰਪਿਊਟਰ ਲੱਗ ਵੀ ਹੈਗੀ ਹੈ ਅਤੇ ਇਸ ਕਰਕੇ ਤੁਸੀਂ ਇਹੋ ਜਿਹੇ ਕੰਮ ਵੀ ਹੈਗੇ ਹਨ ਕਿ ਜੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਹੀਂ ਹੁੰਦੇ ਅਤੇ ਸਰਕਾਰੀ ਸਕੂਲ ਦੇ ਵਿੱਚ ਹੁਣ ਹੈਗੇ ਹਨ ਹਾਂਜੀ ਸਰ ਸਰਕਾਰੀ ਹਾਈ ਸਕੂਲ ਮੂਸੇ ਵੱਲੋਂ ਵਿੱਦਿਅਕ ਰੈਲੀ ਕੱਢੀ ਜਾ ਰਹੀ ਹੈ ਕਿਸ ਉਦੇਸ਼ ਦੇ ਨਾਲ ਔਰ ਕਿਸ ਤਰ੍ਹਾਂ ਦਾ ਪ੍ਰੋਗਰਾਮ ਜੀ ਸਾਡਾ ਇਹ ਇੱਕੋ ਹੀ ਮਕਸਦ ਹੈ ਕਿ ਸਰਕਾਰੀ ਸਕੂਲਾਂ ਨੂੰ ਬਚਾਉਣਾ ਔਰ ਉਸ ਮਕਸਦ ਦੇ ਵਿੱਚ ਅਸੀਂ ਬਾਖੂਬੀ ਲੱਗੇ ਹੋਏ ਹਾਂ ਮੈਂ ਮਦਨ ਬੱਲੂਆਣਾ ਗਵਰਨਮੈਂਟ ਸੀਨੀਅਰ ਗਵਰਨਮੈਂਟ ਹਾਈ ਸਕੂਲ ਮੂਸੇ ਦੇ ਵਿੱਚ ਐਜ਼ ਏ ਇੰਚਾਰਜ ਪਿਛਲੇ ਇੱਕ ਸਾਲ ਤੋਂ ਕੰਮ ਕਰ ਰਿਹਾ ਔਰ ਸਾਡੀ ਸੋਚ ਜੋ ਕਿ ਸਾਡੇ ਮਾਨਯੋਗ ਸਿੱਖਿਆ ਸਕੱਤਰ ਜੀ ਦੀ ਸੋਚ ਹੈ ਉਸ ਸੋਚ ਨੂੰ ਲੈ ਕੇ ਔਰ ਹਰ ਸਮੇਂ ਜੋ ਉਹਨਾਂ ਦੀਆਂ ਅਗਵਾਈ ਭਰੀਆਂ ਲੀਹਾਂ ਨੇ ਉਹਨਾਂ 'ਤੇ ਚੱਲ ਕੇ ਅਸੀਂ ਇਸ ਨੂੰ ਇੱਕ ਕਾਨਵੈਂਟ ਸਕੂਲ ਬਣਾਉਣ ਜਾ ਰਹੇ ਹਾਂ ਇਸ ਸਕੂਲ ਦੇ ਵਿੱਚ ਹਰ ਫੈਸਿਲਿਟੀ ਮਿਲੇਗੀ ਜੋ ਸ਼ਾਇਦ ਕਾਨਵੈਂਟ 'ਚ ਵੀ ਨਹੀਂ ਮਿਲੇਗੀ ਔਰ ਬਾਇਓਮੈਟ੍ਰਿਕ ਜਿਹੜੀ ਅਟੈਂਡੈਂਸ ਫਾਰ ਸਟੂਡੈਂਟਸ ਇਟ ਇਜ਼ ਦਾ ਬੈਸਟ ਥਿੰਗ ਫਾਰ ਆਵਰ ਸਕੂਲ ਐਂਡ ਆਲ ਏਰੀਆਸ ਔਰ ਬਾਕੀ ਜੋ ਚੀਜ਼ਾਂ ਨੇ ਕੈਮਰੇ ਹੈ ਐਲਈਡੀਜ਼ ਹੈ ਸਮਾਰਟ ਕਲਾਸ ਰੂਮ ਆਲ ਕਲਾਸਿਸ ਆਰ ਸਮਾਰਟਸ ਐਂਡ ਇੱਕ ਸਮਾਰਟ ਰੂਮ ਸਪੈਸ਼ਲ ਬਣਾਇਆ ਲਾਇਬ੍ਰੇਰੀ ਦੇ ਵਿੱਚ ਸਾਡੇ ਕੋਲ 2000 ਬੁੱਕਸ ਨੇ ਔਰ ਵੈਨਸ ਦੀ ਬਹੁਤ ਜੋ ਕਿ ਬੱਚੇ ਦੂਰੋਂ ਦੂਰੋਂ ਆਉਣਾ ਚਾਹੁੰਦੇ ਸੀ ਔਰ ਉਹਨਾਂ ਦੀ ਸਮੱਸਿਆ ਵੈਨਸ ਦੀ ਪੇਰੈਂਟਸ ਨੇ ਆਪਣੇ ਆਪ ਹੀ ਸਾਡੇ ਸਕੂਲ ਦੀ ਕੁਆਲਿਟੀਜ਼ ਨੂੰ ਦੇਖ ਕੇ ਔਰ ਗਵਰਨਮੈਂਟ ਸਕੂਲ ਦੇ ਵਿੱਚ ਔਰ ਆਉਣ ਵਾਲੇ ਜਿਹੜੇ ਏਰੀਆ 'ਚ ਸਕੂਲ ਨੇ ਰਵਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਹੈ ਇਜ਼ ਦਾ ਫੇਮਸ ਸਕੂਲ ਇਨ ਦਾ ਏਰੀਆ ਉਸ ਸਕੂਲ ਦੇ ਬੱਚੇ ਮੇਰੇ ਕੋਲ ਦਾਖਲਾ ਲੈ ਰਹੇ ਨੇ ਪ੍ਰਾਇਮਰੀ ਸਕੂਲ ਨੂੰ ਅਸੀਂ ਕਲੱਬ ਕਰ ਲਿਆ ਅਸੀਂ ਇਸ ਹਾਈ ਸਕੂਲ ਅਲੱਗ ਨਹੀਂ ਹੈ ਇਹਦੇ ਵਿੱਚ ਨਰਸਰੀ ਤੋਂ ਲੈ ਕੇ ਹੁਣ 10th ਤੱਕ ਪੜ੍ਹਾਈ ਹੋਏਗੀ ਇੰਗਲਿਸ਼ ਮੀਡੀਅਮ ਪੰਜਾਬੀ ਮੀਡੀਅਮ ਦੋਨੋਂ ਮੀਡੀਅਮ ਨਾਲ ਨਾਲ ਚੱਲਣਗੇ ਔਰ ਸਾਨੂੰ ਆਸ ਹੈ ਕਿ ਸਰਕਾਰ ਵੀ ਸਾਡਾ ਸਾਥ ਦੇਊਗੀ ਸਾਨੂੰ ਬਿਲਡਿੰਗ ਦੀ ਲੋੜ ਪਏਗੀ ਸਾਨੂੰ ਪੈਸੇ ਦੀ ਲੋੜ ਪਊਗੀ ਅਸੀਂ ਪਾਰਕ ਬਣਾਉਣੇ ਹੈ ਸਟਾਫ ਅਸੀਂ ਸਾਨੂੰ ਹੋਰ ਚਾਹੀਦਾ ਹੋਏਗਾ ਤਾਂ ਅਸੀਂ ਸਾਰੇ ਰਲ ਮਿਲ ਕੇ ਇਹ ਉਹਨਾਂ ਨੂੰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀਆਂ ਉਹ ਜਿਹੜੀਆਂ ਲੋੜਾਂ ਨੇ ਉਹ ਜਲਦੀ ਪੂਰੀਆਂ ਕਰਨ ਤਾਂ ਕਿ ਅਸੀਂ ਇਸ ਨੂੰ ਪੰਜਾਬ ਜਿਨ੍ਹਾਂ ਨੂੰ ਮੈਂ ਜਿਨ੍ਹਾਂ ਦੀ ਮੋਟੀਵੇਸ਼ਨ ਦੇ ਨਾਲ ਇਸ ਪਿੰਡ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਹੈ ਪਿਛਲੇ 2 ਸਾਲਾਂ ਤੋਂ ਜੇਕਰ ਮੈਂ ਗੱਲ ਕਰਾਂ ਤਾਂ ਇਹਨਾਂ ਨੇ ਲਿਖਾਈ ਤੋਂ ਖੁਦਾਈ ਵੱਲ ਮੈਨੂੰ ਜੋੜਿਆ ਹੈ ਜੇ ਇੱਕ ਕਿਤਾਬ ਲਿਖਣੀ ਹੋਈ ਤਾਂ ਪੂਰੀ ਮੈਂ ਲਿਖ ਸਕਦਾ ਕਿ ਕਿਸ ਤਰ੍ਹਾਂ ਲਿਖਾਈ ਦੇ ਨਾਲ ਖੁਦਾਈ ਤੱਕ ਪਹੁੰਚਣ ਦਾ ਇੱਕ ਜ਼ਰੀਆ ਹੈ ਇਹ ਲਿਖਾਈ ਸੁੰਦਰ ਲਿਖਾਈ ਸਾਡੇ ਸਕੂਲ ਦੇ ਬੱਚਿਆਂ ਦੀ ਰਾਈਟਿੰਗ ਸਾਰੇ ਮੈਨੂੰ ਲੱਗਦਾ ਆਲ ਏਰੀਆਸ 'ਚ ਪ੍ਰਾਈਵੇਟ ਸਰਕਾਰੀ ਸਕੂਲਾਂ 'ਚ ਕਿਤੇ ਵੀ ਇਹੋ ਜਿਹੀ ਲਿਖਾਈ ਨਹੀਂ ਹੋਊਗੀ ਔਰ ਮੈਂ ਇਹਨਾਂ ਨੂੰ ਬਹੁਤ ਵੱਡਾ ਜਾਦੂਗਰ ਮੰਨਦਾ ਔਰ ਬਹੁਤ ਵੱਡੇ ਜਾਦੂਗਰ ਨੇ ਔਰ ਇਹਨਾਂ ਨੇ ਜਾਦੂ ਕੀਤਾ ਹੈ ਔਰ ਮੇਰੇ 'ਤੇ ਜਾਦੂ ਕੀਤਾ ਹੈ ਮੇਰੇ ਬੱਚਿਆਂ 'ਤੇ ਮੇਰੇ ਸਟਾਫ 'ਤੇ ਜਾਦੂ ਕੀਤਾ ਹੈ ਔਰ ਇਸ ਏਰੀਏ 'ਚ ਇਹਨਾਂ ਦਾ ਜਾਦੂ ਇੰਨਾ ਚੱਲੂਗਾ ਕਿ ਉਹ ਕੰਮ ਹੋਣਗੇ ਜੋ ਕਦੇ ਕਿਸੇ ਨੇ ਸੋਚੇ ਨਹੀਂ ਥੈਂਕ ਯੂ ਵੈਰੀ ਮੱਚ ਹਾਂਜੀ ਇੱਕ ਗੱਲ ਹੋਰ ਸੀ ਕਿ ਜੋ ਮੈਂ ਇਮੇਜਿਨ ਕਰ ਰਿਹਾ ਕਿ ਲੋਕ ਕਹਿੰਦੇ ਨੇ ਜਾਂ ਸਰਕਾਰਾਂ ਕਹਿੰਦੀਆਂ ਨੇ ਕਿ ਤੁਹਾਡੇ ਸਕੂਲ ਦੀ 20% 30% ਗਿਣਤੀ ਵਧਣੀ ਚਾਹੀਦੀ ਹੈ
ਔਰ ਮੈਂ ਜੋ ਫੀਲ ਕਰ ਰਿਹਾ ਉਹ ਮੇਰੇ ਸਕੂਲ ਦੀ ਗਿਣਤੀ ਔਰ ਮੇਰੇ ਪ੍ਰਾਇਮਰੀ ਸਕੂਲ ਦੀ ਗਿਣਤੀ ਹੁਣ ਦੇ ਮੁਤਾਬਕ 200% ਵੱਧ ਰਹੀ ਹੈ 200% ਸਰਕਾਰ ਕਹਿੰਦੀ 20% ਵਧਾਓ ਲੇਕਿਨ ਅਸੀਂ 200% ਗਿਣਤੀ ਵਧਾ ਰਹੀ ਹਾਂ ਔਰ ਇਸ ਸਾਰੇ ਜਾਦੂ ਦੇ ਪਿੱਛੇ ਗੁਰੂ ਮੇਰੇ ਦਾ ਹੱਥ ਹੈ ਔਰ ਉਹਦੇ ਨਾਲ ਨਾਲ ਮੇਰੇ ਇਸ ਪਿੰਡ ਵਾਸੀਆਂ ਦਾ ਮੇਰੇ ਸਾਰੇ ਭਰਾਵਾਂ ਦਾ ਇੱਥੋਂ ਤੱਕ ਕਿ ਮੇਰਾ ਪਿੰਡ ਬੱਲੂਆਣਾ ਜੀ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਬੱਲੂਆਣਾ ਇੱਕ ਸਰਕਾਰੀ ਸਕੂਲ ਦੇ ਵਿੱਚ ਪੜ੍ਹਿਆ ਹੋਇਆ ਵਿਦਿਆਰਥੀ ਮੈਨੂੰ ਫਕਰ ਹੈ ਕਿ ਮੈਂ ਗੌਰਮੈਂਟ ਸਕੂਲ 'ਚ ਪੜ੍ਹਿਆ ਔਰ ਮੈਂ ਇਹ ਵੀ ਫਕਰ ਕਰਦਾ ਕਿ ਮੇਰੇ ਬੱਚੇ ਗੌਰਮੈਂਟ ਸਕੂਲ 'ਚ ਮੈਂ ਉਹਨਾਂ ਨੂੰ ਐਡਮਿਸ਼ਨ ਕਰਾਤੀ ਹੈ ਕਿਉਂਕਿ ਉਹ ਕਿਤੇ ਨਾ ਕਿਤੇ ਰੁਕਾਵਟ ਬਣ ਰਹੀ ਸੀ ਮੇਰੀ ਜਿਹੜਾ ਮੇਰਾ ਏਮ ਹੈ ਉਹਦੇ ਅਚੀਵ 'ਚ ਅਚੀਵਮੈਂਟ ਲਈ ਔਰ ਮੈਂ ਸੋਚਦਾ ਕਿ ਮੇਰੇ ਬੱਚੇ ਨੂੰ ਮੈਂ ਪ੍ਰਾਈਵੇਟ ਕਾਨਵੈਂਟ ਸਕੂਲਾਂ ਨਾਲ ਵਧੀਆ ਪੜ੍ਹਾਈ ਦੇ ਸਕਦਾ ਔਰ ਇਹ ਸਰਕਾਰ ਦਾ ਸਾਥ ਹੋਵੇ ਸਾਡੇ ਨਾਲ ਔਰ ਪਿੰਡ ਵਾਸੀਆਂ ਦਾ ਸਾਰੇ ਦੋਸਤਾਂ ਮਿੱਤਰਾਂ ਦਾ ਔਰ ਜਿਹੜੇ ਮੇਰੇ ਬੱਲੂਆਣਾ ਜ਼ਿਲ੍ਹਾ ਫਾਜ਼ਿਲਕਾ ਪਿੰਡ ਹੈ ਜੀ ਤਹਿਸੀਲ ਅਬੋਹਰ ਔਰ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਔਰ ਉਸ ਮੇਰੀ ਮਾਤਾ ਜਿਸ ਨੇ ਮੈਨੂੰ ਜਨਮ ਦਿੱਤਾ ਉਸਦਾ ਮੈਂ ਕਰਜ਼ ਕਦੇ ਨਹੀਂ ਦੇ ਸਕਦਾ ਕਿਉਂਕਿ ਜੇ ਉਹ ਸੀ ਤਾਂ ਮੈਂ ਇਸ ਜ਼ਿੰਦਗੀ ਮੈਨੂੰ ਮਿਲੀ ਔਰ ਉਹ ਮੇਰੇ ਪਿੰਡ ਦੇ ਸਾਰੇ ਦੋਸਤ ਮਿੱਤਰ ਮੇਰੇ ਟੀਚਰਸ ਸਾਰੇ ਭੈਣ ਭਰਾ ਜਿਨ੍ਹਾਂ ਨੇ ਮੈਨੂੰ ਇਸ ਸਕੂਲ ਲਈ ਬਹੁਤ ਸਾਰਾ ਯੋਗਦਾਨ ਦਿੱਤਾ ਪੈਸੇ ਦਾ ਯੋਗਦਾਨ ਦਿੱਤਾ ਜਿਸ ਤਰ੍ਹਾਂ ਦਾ ਸਹਿਯੋਗ ਉਹਨਾਂ ਵੱਲੋਂ ਮਿਲਿਆ ਮੈਨੂੰ ਔਰ ਉਹਨਾਂ ਦਾ ਮੈਂ ਕਦੇ ਵੀ ਸ਼ੁਕਰਾਨਾ ਨਹੀਂ ਕਰ ਦੇਖੋ ਜਿੱਦਾਂ ਜੀ ਅਸੀਂ ਸਕੂਲ ਵੱਲ ਸਰ ਵੱਲ ਵੇਖਦੇ ਹਾਂ ਜਿੱਦਾਂ ਕਿ ਅੱਜ ਦੀ ਮਹਿੰਗਾਈ ਦੇ ਹਿਸਾਬ ਨਾਲ ਅਸੀਂ ਸੋਚਦੇ ਹਾਂ ਵੀ ਜਿੱਦਾਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਮੁਸ਼ਕਲ ਆ ਕਿਉਂਕਿ ਪ੍ਰਾਈਵੇਟਾਂ ਸਕੂਲਾਂ ਦੇ ਇੰਨੇ ਖਰਚੇ ਆ ਇੱਦਾਂ ਸਾਰਾ ਕੁਝ ਚੱਲ ਰਿਹਾ ਪਰ ਜਿੱਦਾਂ ਅਸੀਂ ਇਹਦੇ ਵੱਲ ਇੱਧਰ ਧਿਆਨ ਕਰਦੇ ਹਾਂ ਤਾਂ ਸਾਨੂੰ ਇੱਕ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਹਾਂ ਕੋਈ ਗੱਲ ਨਹੀਂ ਜੇ ਸਾਡਾ ਸਰਕਾਰ ਨਹੀਂ ਸਕੂਲ ਸਾਥ ਦੇ ਰਹੀ ਇਸ ਟੀਚਰਸ ਦਾ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਸਾਡੇ ਨੂੰ ਚੰਗੀ ਪੜ੍ਹਾਈ ਮਿਲੂਗੀ ਜੋ ਕਿ ਪ੍ਰਾਈਵੇਟ ਸਕੂਲਾਂ ਤੋਂ ਵੀ ਸ਼ਾਇਦ ਨਹੀਂ ਮਿਲ ਸਕਦੀ ਉਹਦੇ ਖਰਚੇ ਬਹੁਤ ਆ ਅਤੇ ਪੜ੍ਹਾਈ ਇੰਨਾ ਜ਼ਿਆਦਾ ਕਿਉਂਕਿ ਸਾਡੇ ਘਰ ਵਿੱਚੋਂ ਕੁਛ ਬੱਚੇ ਪੜ੍ਹਦੇ ਆਲਰੇਡੀ ਪ੍ਰਾਈਵੇਟ ਸਕੂਲਾਂ ਵਿੱਚ ਪਰ ਇੱਥੇ ਆਣ ਕੇ ਸਾਨੂੰ ਵਾਕਈ ਅੱਜ ਇੱਦਾਂ ਲੱਗਿਆ ਕਿ ਹਾਂ ਸਾਨੂੰ ਮਾਣ ਮਹਿਸੂਸ ਹੋਣ ਦਿਆ ਕਿ ਸਾਡੇ ਆਉਣ ਵਾਲੇ ਬੱਚਿਆਂ ਦਾ ਸਰਕਾਰ ਦੇ ਭਾਵੇਂ ਸਾਡੇ ਬਾਰੇ ਨਹੀਂ ਸੋਚ ਰਹੀ ਕਿਉਂਕਿ ਸਾਡੇ ਕੋਲ ਕੋਈ ਰੁਜ਼ਗਾਰ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਇੰਨੀਆਂ ਫੀਸਾਂ ਦੇ ਕੇ ਪੜ੍ਹਾ ਸਕਦੇ ਹਾਂ ਪਰ ਸਾਨੂੰ ਸਕੂਲ ਆ ਕੇ ਨਾ ਟੀਚਰਸ ਨੂੰ ਮਿਲ ਕੇ ਬੜੀ ਖੁਸ਼ੀ ਇਸ ਗੱਲ ਦੀ ਕਿ ਸਾਡੇ ਆਉਣ ਵਾਲੇ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਸਾਨੂੰ ਬਣਿਆ ਨਜ਼ਰ ਆ ਰਿਹਾ ਵਾ ਇਸ ਕਰਕੇ ਅਸੀਂ ਸਾਰੇ ਹੀ ਪਿੰਡ ਦੇ ਨੌਜਵਾਨ ਇਹਨਾਂ ਦਾ ਤਹਿ ਦਿਲੋਂ ਨਾਲ ਹਾਂ ਜਿੱਥੇ ਵੀ ਸਾਡੇ ਇਹਨਾਂ ਨੂੰ ਲੋੜ ਹੋਊਗੀ ਅਸੀਂ ਹਾਜ਼ਰ ਹਾਂ ਅਤੇ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਾਂ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਸਕੂਲ ਦੇ ਵਿੱਚ ਇਹ ਟੀਚਰਸ ਆਏ ਤਾਂ ਜੋ ਕਿ ਸਾਡੇ ਸਕੂਲ ਦੀ ਨੁਹਾਰ ਤਰਨ ਤਾਰਨ ਤੋਂ ਪਵਨ ਕੁਮਾਰ ਦੀ ਰਿਪੋਰਟ ਪੰਡਿਤ ਕਾਸ਼ੀਰਾਮ ਜੀ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ ਮਨਚਾਇਆ ਕੰਮ ਕਾਰੋਬਾਰ ਵਿੱਚ ਰੁਕਾਵਟ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਲਵ ਮੈਰਿਜ ਕਿੱਤਾ ਕਰਵਾਇਆ ਸੰਤਾਨਹੀਨਤਾ ਸੱਸ ਨੂੰ ਅਤੇ ਪਤੀ ਪਤਨੀ ਚ ਅਨਬਨ ਗੁਪਤ ਰੋਗ ਕੋਰਟ ਕੇਸ ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ ਖੋ ਚੁੱਕਾ ਪਿਆਰ ਪਿਆਰ ਵਿੱਚ ਧੋਖਾ ਗੁਪਤ ਰੋਗ ਤੋਂ ਪਰੇਸ਼ਾਨ ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ ਪੰਡਿਤ ਕਾਸ਼ੀਰਾਮ ਜੀ ਅੱਜ ਹੀ ਫੋਨ ਕਰੋ